हेलो फ्रेंड्स, सत श्री अकाल। तुहाडा सारिआं दा मेरे चैनल ते बहुत बहुत स्वागत है। ते अज दी जिहड़ी मैं रिएक्शन वीडियो लैके आई आ, इह रिएक्शन वीडियो होएगी बब्बू मान दे सोंग रिएक्ट रेस दे उपर। जिवें कि नाम तों ही पता चलदा पिआ, रिएक्ट रेस दा मीनिंग हुंदा है कि किसे चीज़ दे पिछे दौड़ लगाउणी। जे जिहड़ी रेस है, इह दौलत दे पिछे वी हो सकदी है, शोहरत दे पिछे वी हो सकदी है। मतलब किसे चीज़ दे पिछे जदों आपां हत्थ धो के पै जांदे आ ते दूसरे नूं पिछे पछाड़न दी कोशिश करदे आ, उह चीज़ नूं असीं कहिंदे आ रिएक्ट रेस। चलो सुनते हैं बब्बू मान ने इस गाने दे विच किस रैट रेस की गल की है। और ये अज तक मैंने पता है कि ये वीडियो नहीं है, ये ऑडियो सॉन्ग है। सुनते हैं इस सॉन्ग तो देखते हैं बब्बू मान ने किस तरह के अपने विचार इस रैट रेस के पेश किए ने। रैट रेस दा चाल अरेबिया है जट दी, हिस्सा नहीं किस रैट रेस दा चाल अरेबिया है जट दी। बालदा नी दीवा चन चाड़दा, बालदा नी दीवा चन चाड़दा, बदली भी नच नच छट दी। हिस्सा नहीं किस रैट रेस दा चाल अरेबिया है जट दी, किसे रेड रेस दा चाली अरेबिया है जट दी। सब है पंजाब
ਹੋਏ ਹੱਥ ਦੀ ਹਿੱਸਾ ਨਹੀਂ ਕਿਸੇ ਰੈਡ ਰੇਸ ਦਾ ਚਾਲ ਅਰੇਬੀਆ ਹੈ ਜੱਟ ਦੀ ਹਿੱਸਾ ਨਹੀਂ ਕਿਸੇ ਰੈਡ ਰੇਸ ਦਾ ਚਾਲ ਅਰੇਬੀਆ ਹੈ ਜੱਟ ਦੀ ਚਾਲ ਅਰੇਬੀਅਨ ਹੈ ਜੱਟ ਦੀ ਸੇਮ ਉਹ ਚੀਜ਼ ਕਹੀ ਹੈ ਕਿ ਕਿਸੇ ਵੀ ਰੈਟ ਰੇਸ ਦਾ ਹਿੱਸਾ ਜਿਹੜਾ ਬੱਬੂ ਮਾਨ ਨਹੀਂ ਹੈਗਾ ਉਹਦੀ ਚਾਲ ਸਗੋਂ ਉਹਦੀ ਚਾਲ ਅਰੇਬੀਆ ਦੇ ਵਰਗੀ ਹੈ। ਅਗਰ ਇੱਥੇ ਗੱਲ ਕਰੀਏ ਅਰੇਬੀਆ ਦੀ ਤਾਂ ਅਰੇਬੀਆ ਇੱਕ ਅਰਬ ਦਾ ਹੌਰਸ ਹੈ। ਕਿਹਾ ਜਾਂਦਾ ਹੈ ਕਿ ਉਹਦੀ ਚਾਲ ਬੜੀ ਹੀ ਮਸਤੀ ਭਰੀ ਔਰ ਮੜਕ ਵਾਲੀ ਚਾਲ ਅਰੇਬੀਆ ਹੌਰਸ ਦੀ ਹੁੰਦੀ ਹੈ ਅਤੇ ਉਹਦੀ ਕੀਮਤ ਵੀ ਬਹੁਤ ਹੀ ਜ਼ਿਆਦਾ ਹੁੰਦੀ ਹੈ। ਸੋ ਇਸ ਸੌਂਗ ਦੇ ਵਿੱਚ ਬੱਬੂ ਮਾਨ ਨੇ ਆਪਣੇ ਆਪ ਨੂੰ ਕੰਪੇਅਰ ਅਰੇਬੀਆ ਨਾਲ ਕੀਤਾ ਹੈ। ਮੇ ਵੀ ਹੋ ਸਕਦਾ ਇਹਨੇ ਬੱਬੂ ਮਾਨ ਨੇ ਇਹ ਸੌਂਗ ਸਿੰਗਰਸ ਜਿਵੇਂ ਆਪਾਂ ਸਕਦੇ ਹਾਂ ਸਿੱਧੂ ਮੂਸੇਵਾਲਾ, ਕਰਨ ਔਜਲਾ, ਉਹਨਾਂ ਦੀ ਰੈਟ ਰੇਸ ਵਿੱਚੋਂ ਆਪਣੇ ਆਪ ਨੂੰ ਅਲੱਗ ਚੀਜ਼ ਦੱਸੀ ਹੈ ਕਿ ਮੈਂ ਰੈਟ ਰੇਸ ਦਾ ਹਿੱਸਾ ਨਹੀਂ ਹਾਂ, ਕਿ ਮੈਂ ਅਰੇਬੀਆ ਚਾਲ ਦੀ ਤਰ੍ਹਾਂ ਆਪਣੀ ਚਾਲ ਬੜੀ ਮਸਤੀ ਨਾਲ ਚੱਲਦਾ ਪਿਆ। ਓਲਡ ਡਿਸਕੋ ਸੌਂਗਸ ਦੇ ਮਿਊਜ਼ਿਕ ਦਾ ਟੱਚ ਇਹਦੇ ਵਿੱਚ ਦਿੱਤਾ ਗਿਆ ਹੈ। ਬੜੀ ਡਿਫਰੈਂਟ ਜੀ ਕੰਪੋਜੀਸ਼ਨ ਹੈ ਔਰ ਸੌਂਗ ਬਹੁਤ ਵਧੀਆ, ਲੀਰਿਕਸ ਸੌਂਗ ਦੇ ਬਹੁਤ ਵਧੀਆ, ਕਮਾਲ ਦਾ ਸੌਂਗ ਬੱਬੂ ਮਾਨ ਨੇ ਗਾਇਆ ਹੈ। ਫਰੈਂਡਸ, ਤੁਹਾਨੂੰ ਇਹ ਸੌਂਗ ਕਿਵੇਂ ਦਾ ਲੱਗਾ? ਅਗਰ ਤੁਹਾਨੂੰ ਇਹ ਸੌਂਗ ਔਰ ਇਹ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੁਰੂ ਕਰਿਓ, ਔਰ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਨਾਲ ਹੀ ਲੱਗਾ ਹੋਇਆ ਬੈੱਲ ਆਈਕਨ ਨੂੰ ਹਿੱਟ ਜ਼ਰੂਰ ਕਰ ਦਿਓ, ਕਿਉਂਕਿ ਅਗਰ ਤੁਸੀਂ ਬੈੱਲ ਆਈਕਨ ਹਿੱਟ ਕੀਤਾ ਹੋਏਗਾ ਤਾਂ ਆਉਣ ਵਾਲੇ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇਗਾ। ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਤਦ ਤੱਕ ਸਤਿ ਸ਼੍ਰੀ ਅਕਾਲ।